ਹੁਣ ਬੁਲਾਉਣਾ ਕਿੱਦਾਂ ਆ ਬਾਬਾ ਲੈਣਾ ਗੁਰੂ ਨਾਨਕ ਬਾਬੇ ਨੂੰ ਪਹਿਲੀ ਵਾਰ ਜਦੋਂ ਮਿਲਣ ਆਇਆ ਨਾ ਜੀ ਬਾਬੇ ਨਾਨਕ ਨੂੰ ਪਛਾਣਿਆ ਨਹੀਂ ਮਾਫ ਕਰਿਓ ਆ ਤਾਂ ਸਾਡੇ ਬਾਬਿਆਂ ਦੇ ਕੱਪੜੇ ਤੋਂ ਪਤਾ ਲੱਗਦਾ ਕਿ ਬਾਬੇ ਆ ਲਿਸ਼ਕ ਪੁਸ਼ਕੇ ਨਹੀਂ ਐ ਪਰ ਉਦੋਂ ਗੁਰੂ ਨਾਨਕ ਦੇ ਪਾਸ਼ਾ ਖੇਤੀ ਕਰਨ ਵਾਲੇ ਆਪਾਂ ਕਹਿੰਦੇ ਕਿ ਜ਼ਿਮੀਦਾਰਾ ਕਰਨ ਵਾਲੇ ਬਾਬਾ ਨਾਨਕ ਖੇਤਾਂ 'ਚ ਬੈਠਾ ਆ ਤੇ ਗੁਰੂ ਅੰਗਦ ਦੇ ਪਾਸ਼ਾ ਪਹਿਲੀ ਵਾਰ ਜਦੋਂ ਮਿਲਣ ਆਏ ਬਾਬਾ ਲੈਣੇ ਦੇ ਰੂਪ 'ਚ ਘੋੜੇ ਤੇ ਚੜਕੇ ਤੇ ਗੁਰੂ ਨਾਨਕ ਬਾਬੇ ਨੂੰ ਖੇਤਾ 'ਚ ਕੰਮ ਕਰਦਿਆਂ ਨੂੰ ਆਵਾਜ਼ ਮਾਰ ਕੇ ਪੁੱਛਦੇ ਆ ਕਹਿੰਦੇ ਮੈਂ ਗੁਰੂ ਨਾਨਕ ਦੇ ਘਰ ਜਾਣਾ ਪੁੱਛਿਆ ਕਿਨੂੰ ਜੀ ਗੁਰੂ ਨਾਨਕ ਨੂੰ ਹੀ ਪੁੱਛ ਲਿਆ ਕਿ ਮੈਂ ਗੁਰੂ ਨਾਨਕ ਬਾਬੇ ਦੇ ਘਰ ਜਾਣਾ ਹੂੰ ਦੇਖੋ ਨਾ ਬਾਬੇ ਨਾਨਕ ਦੀ ਪਤ ਸਾਦਗੀ ਕਿੰਨੀ ਹੋਣੀ ਹੈ ਤੇ ਗੁਰੂ ਅੰਗਦ ਦੇ ਪਾਸ਼ਾ ਪਛਾਣ ਨਹੀਂ ਰਹੇ ਅੱਜ ਦੇ ਬਾਬੇ ਨਾਲ ਤਾਂ ਚਲੋ 20 25 25 ਬੋਡੀਗਾਰਡ ਨੇੜੇ ਨਹੀਂ ਆਉਣ ਦਿੰਦੇ ਅਗਲੇ ਤੇ ਬਾਬੇ ਨਾਨਕ ਦੀ ਸਾਦਗੀ ਦੇਖੋ ਕਿੰਨੀ ਹੈ ਕਿ ਗੁਰੂ ਨਾਨਕ ਦੇ ਪਾਸ਼ਾ ਨੂੰ ਬਾਬਾ ਲੈਣਾ ਪੁੱਛਦਾ ਕਿ ਮੈਂ ਬਾਬੇ ਨਾਨਕ ਦੇ ਘਰ ਜਾਣਾ ਹੁਣ ਬਾਬੇ ਨਾਨਕ ਦਾ ਸੁਭਾਅ ਦੇਖਿਓ ਬਾਬੇ ਲੈਣੇ ਨੂੰ ਕਿਹਾ ਕਿ ਕੱਲਾ ਪੁੱਛਣਾ ਕ ਜਾਣਾ ਕਈ ਵਾਰ ਇਹ ਹੁੰਦਾ ਨੇ ਪੁੱਛ ਲੈਂਦੇ ਆ ਸੀ ਕਿ ਫਲਾਣੀ ਥਾਂ ਤੇ ਜਾਣਾ ਜਾਂਦੇ ਆ ਨਹੀਂ ਤੇ ਗੁਰੂ ਅਨਗਦੇਵ ਪਾਸ਼ਾ ਜੀ ਕਹਿੰਦੇ ਭਾਈ ਕੱਲਾ ਪੁੱਛਣਾ ਕ ਜਾਣਾ ਵੀ ਹੈ ਤੇ ਬਾਬੇ ਲੈਣੇ ਨੇ ਕਿਹਾ ਮੈਂ ਜਾਣਾ ਆ ਪੁਰਖਾ ਮੈਂ ਗੁਰੂ ਨਾਨਕ ਨੂੰ ਮਿਲਣਾ ਚਾਹੁੰਦਾ ਆ ਤੇ ਗੁਰੂ ਨਾਨਕ ਦੇਵ ਪਾਸ਼ਾ ਨੇ ਕਿਹਾ ਫਿਰ ਕੰਮ ਕਰ ਅ ਘੋੜੇ ਦੀ ਲਾਵਾ ਮੈਨੂੰ ਪਕੜਾ ਦੇ ਲਾਵਾ ਦਾ ਅਰਥ ਰਸਿੰਗਾ ਅ ਘੋੜੇ ਦੇ ਇਲਾਵਾ ਮੈਨੂੰ ਪਕੜਾ ਦੇ ਤੇ ਮੈਂ ਤੈਨੂੰ ਗੁਰੂ ਨਾਨਕ ਦੇ ਘਰ ਛੱਡ ਕੇ ਆਉਂਦਾ ਹੁਣ ਦੇਖੋ ਨਾ ਕਿੱਡਾ ਕਮਾਲ ਦਾ ਮਾਹੌਲ ਹੈ ਗੁਰੂ ਨਾਨਕ ਦੇਵ ਪਾਸ਼ਾ ਘੋੜਿਆਂ ਦੀ ਰस्सियां ਪਕੜ ਕੇ ਪੈਦਲ ਤੁਰੇ ਜਾ ਰਹੇ ਹੈ ਤੇ ਬਾਬਾ ਲੈਣਾ ਘੋੜੇ ਤੇ ਸਵਾਰ ਹੈ ਜਦੋਂ ਗੁਰੂ ਨਾਨਕ ਦੇਵ ਪਾਸ਼ਾ ਆਪਣੇ ਘਰ ਦੇ ਮੂਹਰੇ ਪਹੁੰਚੇ ਸਤਗੁਰ ਨੇ ਕਿਹਾ ਕਿ ਪੁਰਕਾ ਉੱਥੇ ਘੋੜੀ ਬੰਦੇ ਉਹ ਸਾਹਮਣੇ ਬਾਬੇ ਨਾਨਕ ਦਾ ਕਮਰਾ ਆ ਤੇ ਉੱਥੇ ਬਾਬਾ ਨਾਨਕ ਬੈਠਾ ਹੋਣਾ ਤੇ ਉੱਥੇ ਆ ਕੇ ਮਿਲਿਆ ਜਦੋਂ ਘੋੜੀ ਬਨ ਕੇ ਬਾਬਾ ਲੈਣਾ ਗੁਰੂ ਨਾਨਕ ਦੇਵ ਪਾਸ਼ਾ ਦੇ ਕਮਰੇ ਕੋਲ ਪਹੁੰਚਿਆ ਨਾ ਜੀ ਸਾਹਮਣੇ ਕੀ ਦੇਖਦਾ ਕਿ ਇਹ ਉਹੀ ਪੁਰਖ ਹੈ ਜਿਹੜਾ ਮੈਨੂੰ ਬੜੀ ਦੂਰੋਂ ਲੈ ਕੇ ਆਇਆ ਤੇ ਆਪ ਇਹ ਤੁਰ ਗਿਆ ਹੈ ਤੇ ਮੈਂ ਘੋੜੀ ਤੇ ਬਹਿ ਕੇ ਆਇਆ ਬਾਬੇ ਲੈਣੇ ਦੀ ਅੱਖਾਂ ਦੇ ਵਿੱਚ ਅਥਰੂ ਆ ਗਏ ਰੋ ਪਿਆ ਕਹਿੰਦਾ ਧੰਨ ਗੁਰੂ ਨਾਨਕ ਤੇਰੇ ਦਰ ਤੇ ਆ ਕੇ ਤਾਂ ਮੈਂ ਆਪਣੇ ਕੀਤੇ ਹੋਏ ਅਵਗੁਣਾ ਦਾ ਪਛਤਾਵਾ ਕਰਨਾ ਸੀ ਪਰ ਮੈਂ ਤੇਰੇ ਦਰ ਤੇ ਆ ਕੇ ਬਹੁਤ ਵੱਡੀ ਗਲਤੀ ਕਰ ਚੁੱਕਾ ਹਾਂ ਮੈਂ ਤੇਰੇ ਚਰਨਾ ਤਾ ਕੇ ਬਹਿਣਾ ਸੀ ਪਰ ਮੈਂ ਘੋੜੀ ਤੇ ਬਹਿ ਕੇ ਆਇਆ ਤੈਨੂੰ ਮੈਂ ਪੈਦਲ ਤੋਰ ਕੇ ਆਇਆ ਗੁਰੂ ਨਾਨਕ ਦੇਵ ਪਾਸ ਨੇ ਬੜਾ ਪਿਆਰਾ ਇੱਥੇ ਸਵਾਲ ਪੁੱਛਿਆ ਕਹਿੰਦੇ ਪੁਰਖਾ ਤੇਰਾ ਨਾਮ ਕੀ ਹੈ ਕਹਿੰਦੇ ਮੇਰਾ ਨਾਮ ਹੈ ਜੀ ਲੈਣਾ ਤੇਰਾ ਨਾਮ ਕੀ ਗੁਰੂ ਨਾਨਕ ਦੇਵ ਪਾਸਾ ਜੀ ਨੇ ਪੁੱਛਿਆ ਕਹਿੰਦੇ ਮੇਰਾ ਨਾਮ ਭਾਈ ਲੈਣਾ ਤੇ ਗੁਰੂ ਨਾਨਕ ਦੇਵ ਪਾਸਾ ਜੀ ਕਹਿੰਦੇ ਤੁਸੀਂ ਲੈਣਾ ਤੇ ਮੈਂ ਦੇਣਾ ਤੇ ਜਿਨ੍ਹਾਂ ਨੇ ਲੈਣਾ ਹੁੰਦਾ ਘੋੜਿਆਂ 'ਤੇ ਚੜ ਕੇ ਆਉਂਦੇ ਹੁੰਦੇ ਆ ਤੇ ਮੈਂ ਦੇਣਾ ਹੈ ਤੇ ਤਾਂ ਕਰਕੇ ਮੈਂ ਪੈਦਲ ਆ ਗੁਰੂ ਨਾਨਕ ਦੇਵ ਜੀ ਪਸਾ ਨੇ ਬੜੀ ਸੋਹਣੀ ਗੱਲ ਕਹੀ ਕਹਿੰਦੇ ਲੈਣਿਆਂ ਗੱਲ ਚੇਤੇ ਰੱਖੀ ਅੱਜ ਘੋੜੇ ਦੀਆਂ ਲਾਵਾ ਨਾਨਕ ਨੂੰ ਪਕੜਾਈਆਂ ਤੈਨੂੰ ਗੁਰੂ ਨਾਨਕ ਦਾ ਘਰ ਮਿਲ ਗਿਆ ਗੁਰੂ ਮਲਾਉਂਦਾ ਅੱਜ ਘੋੜੇ ਦੀਆਂ ਲਾਵਾ ਪਕੜਾਈਆਂ ਤੈਨੂੰ ਨਾਨਕ ਦਾ ਘਰ ਮਿਲ ਗਿਆ ਜੇ ਤੂੰ ਮਨ ਦੀਆਂ ਲਾਵਾ ਮੈਨੂੰ ਪਕੜਵਾ ਦੇਵੇਂ ਤੈਨੂੰ ਪਰਮਾਤਮਾ ਦਾ ਘਰ ਮਿਲ ਜਾਣਾ ਹੈ ਹੁਣ ਮੁਸ਼ਕਿਲ ਇਹ ਆ ਕਿ ਅਸੀਂ ਆਪਣੇ ਮਨ ਦੀਆਂ ਲਾਵਾਂ ਗੁਰੂ ਨੂੰ ਪਕੜਾਉਂਦੇ ਨਹੀਂ ਜਦੋਂ ਮਨ ਦੀਆਂ ਲਾਵਾਂ ਪਕੜਾ ਦਿੱਤੀਆਂ ਉਦੋਂ ਇੱਕ ਦਿਨ ਐਸੀ ਅਵਸਥਾ ਬਣਨੀ ਹੈ ਕਿ ਗੁਰ ਕਿਰਪਾ ਜਿਹੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਾ ਜੋ ਪਾਨੀ ਸੰਗ ਪਾਨੀ ਅਬ ਤੂੰ ਜਾਈ ਚੜੇ ਸੰਗਾਸਣ ਮਿਲੇ ਹੈ ਸਾਰੰਗ ਪਾਨੀ RAM ਕਬੀਰਾ ਏਕ ਭਇ ਹੈ ਕਉ ਨਾ ਸਕੇ ਪਛਾਣੀ ਜਦੋਂ ਗੁਰੂ ਮਾਲਕ ਜੀ ਦਾ ਸੁਭਾਅ ਸਮਝਾਉਣਾ ਗੁਰੂ ਦਾ ਸੁਭਾਅ ਬਚਾਉਣਾ ਗੁਰੂ ਦਾ ਸੁਭਾਅ ਪਹੁੰਚਾਉਣਾ ਤੇ ਗੁਰੂ ਦਾ ਸੁਭਾਅ ਸੰਗਤ ਜੀ ਮਲਾਉਣਾ ਫਿਰ ਗੁਰੂ ਆਪਣੇ ਨਾਲ ਮਲਾ ਲੈਂਦਾ ਹੈ